ਤੇ ਵਕਫੇ ਤੋਂ ਬਾਅਦ ਸਵਾਗਤ ਹੈ ਜੀ ਵਿਚਾਰ ਵਟਾਂਦਰਾ ਅੱਜ ਹੋ ਰਿਹਾ ਹੈ ਲੰਡਨ ਡੈਕਲੇਰੇਸ਼ਨ ਐਲਾਨਨਾਮਾ ਜਿਹੜਾ ਕੱਲ੍ਹ ਲੰਡਨ ਵਿਖੇ ਵਾਪਰਿਆ ਪੰਜਾਬ ਰੈਫਰੈਂਡਮ 2020 ਇਸ ਮੁਤਲਕ ਅੱਜ ਤੁਹਾਡੀ ਤੁਹਾਡੇ ਜਿਹੜੇ ਵਿਚਾਰ ਨੇ ਅਸੀਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਅਦਾਲਤ ਦੇ ਵਿੱਚ ਅੱਜ ਤੁਸੀਂ ਫੈਸਲਾ ਕਰਨਾ ਹੈ ਔਰ ਤੁਸੀਂ ਆਪਣੇ ਪ੍ਰਤੀਕਰਮ ਸਾਨੂੰ ਦੇਣੇ ਹੈ ਸਮਾਂ ਜੀ ਤੁਹਾਡੇ ਪ੍ਰਤੀਕਰਮ ਔਰ ਤੁਹਾਡੇ ਸੁਜੈਸ਼ਨਸ ਔਰ ਤੁਹਾਡੇ ਫੀਡਬੈਕ ਜਾਣਨ ਦੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਮੈਂ ਜੀ ਅਨੋਨਿਮਸ ਰਹਿਣਾ ਚਾਹੁੰਦਾ ਜੀ ਮੈਂ ਕੁਝ ਦੱਸਣਾ ਨਹੀਂ ਚਾਹੁੰਦਾ ਕੋਈ ਗੱਲ ਨਹੀਂ ਜੀ ਮੈਂ ਤੁਹਾਡੇ ਗੈਸਟ ਨਾਲ ਟੋਟਲੀ ਡਿਸਐਗਰੀ ਕਰਨਾ ਜੀ ਜਿਹੜਾ ਉਹਨਾਂ ਨੇ ਕਿਹਾ ਵਾ ਕਿ 34 ਸਾਲਾਂ ਤੋਂ ਫੈਸਲਾ ਨਹੀਂ ਹੋਇਆ ਫੈਸਲਾ ਤੇ ਇੰਡੀਆ ਦੀ ਆਜ਼ਾਦੀ ਤੋਂ ਬਾਅਦ ਦਾ ਨਹੀਂ ਹੋਇਆ ਨਹਿਰੂ ਨੇ ਪ੍ਰੋਮਿਸ ਕੀਤੇ ਗਾਂਧੀ ਨੇ ਪ੍ਰੋਮਿਸ ਕੀਤੇ ਸਾਰੇ ਰਹਿ ਗਏ ਵਿੱਚ ਹੀ ਜਿਹੜੇ ਵੀ ਸਾਨੂੰ ਦੇਣੇ ਚਾਹੀਏ ਪੰਜਾਬੀ ਸੂਬਾ ਬਣਿਆ ਤੇ ਪੰਜਾਬੀ ਸੂਬੀ ਦੇਤੀ ਇਹਨਾਂ ਭਰਾਵਾਂ ਨੇ ਜਿਹੜੇ ਬੈਠੇ ਹੋਏ ਨੇ ਇਹਨਾਂ ਨੇ ਪੰਜਾਬੀ ਨੂੰ ਡਿਨਾਈ ਕਰਤਾ ਲੈਂਗੁਏਜ ਨੂੰ ਸੋ ਜਦੋਂ ਤੁਸੀਂ ਕਿਸੇ ਨੂੰ ਕਾਰਨਰ ਦੇ ਵਿੱਚ ਲੈ ਜਾਂਦੇ ਹੋ ਇਹ ਸਾਰੀਆਂ 2020 ਜਾਂ ਹੋਰ ਖਾਲਿਸਤਾਨ ਇਹ ਸਾਰੀਆਂ ਫੀਲਿੰਗਸ ਜਿਹੜੀਆਂ ਨੇ ਫਰਸਟ੍ਰੇਸ਼ਨ ਚੋਂ ਨੇ ਤੇ ਜੇ ਨਹੀਂ ਕਰਨਗੇ ਕੀਪ ਔਨ ਡੂਇੰਗ ਲਾਈਕ ਦਿਸ ਅੱਜ ਨਹੀਂ ਡਾਊਨ ਦਾ ਰੋਡ ਮੇ ਬੀ ਆਫਟਰ 50 ਇਅਰਸ ਔਰ 100 ਇਅਰਸ ਸਮਥਿੰਗ ਵਿਲ ਬਲਾਸਟ ਜ਼ਰੂਰ ਲੋਕੀ ਦੁਖੀ ਹੋਣਗੇ ਇਹਦਾ ਫੈਸਲਾ ਪੋਲੀਟੀਕਲੀ ਬਹਿ ਕੇ ਹੋਣਾ ਚਾਹੀਦਾ ਪਿਆਰ ਮੁਹੱਬਤ ਨਾਲ ਹੋਣਾ ਚਾਹੀਦਾ ਹਿੰਦੁਸਤਾਨ ਨੂੰ ਇਕੱਠੇ ਰਹਿਣਾ ਚਾਹੀਦਾ ਇਹਦੇ ਚ ਕੋਈ ਸ਼ੱਕ ਨਹੀਂ ਹੈ ਪਰ ਸੈਕੰਡ ਕਲਾਸ ਸਿਟੀਜ਼ਨ ਯੂ ਹੈਵ ਬੀਨ ਟ੍ਰੀਟਿੰਗ ਅਸ ਫਾਰ ਲਾਸਟ 70 ਇਅਰਸ ਐਂਡ ਦਿਸ ਜੈਂਟਲਮੈਨ ਸ਼ੁਡ ਨੋ ਅਬਾਊਟ ਇਟ ਜੀ ਤੇ ਮੈਂ ਦਰਸ਼ਕਾਂ ਨੂੰ ਦਰਖਵਾਸਤ ਕਰਾਂਗਾ ਕਿ ਇਹ ਜਿਹੜੇ ਤਰਕ ਰੱਖੇ ਜਾ ਰਹੇ ਨੇ ਇਹ ਨਾ ਤਾਂ ਕਿਸੇ ਦੇ ਨਿੱਜੀ ਤਰਕ ਨੇ ਇਹ ਉਹ ਤਰਕ ਤੁਹਾਡੇ ਸਾਹਮਣੇ ਰੱਖੇ ਜਾ ਰਹੇ ਨੇ ਜੋ ਕਿ ਸਿਆਸੀ ਪ੍ਰਤੀਕਰਮ ਸਾਨੂੰ ਸਾਹਮਣੇ ਆਏ ਨੇ ਅਕੋਰਡਿੰਗ ਟੂ ਦੀ ਮੀਡੀਆ ਰਿਪੋਰਟਸ ਔਰ ਇਸੇ ਕਰਕੇ ਤੁਹਾਡੀ ਇਸ ਅਦਾਲਤ ਦੇ ਵਿੱਚ ਤੁਹਾਡੇ ਉੱਤੇ ਸੌਂਪਿਆ ਗਿਆ ਕਿ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨੇ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਤੁਸੀਂ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਹੈਲੋ ਜੀ ਮੈਂ ਕਲੀਵਲੈਂਡ ਤੋਂ ਬੋਲ ਰਿਹਾ ਜੀ 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 ਹਰਕੀਤ ਸਿੰਘ ਜੀ ਗੱਲ ਇਹ ਆ ਕਿ ਅਜੇ ਤਾਂ ਰੈਫਰੈਂਡਮ ਦੀ ਗੱਲ ਸ਼ੁਰੂ ਹੋਈ ਆ ਜੀ 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 ਅਜੇ ਤਾਂ ਲੋਕਾਂ ਨੂੰ ਕਨਵੈਂਸ਼ਨ ਕਰਨੀ ਆ ਕਿ ਵਾਈ ਵੀ ਆ ਦੇ ਰੈਫਰੈਂਡਮ ਜੀ ਜੀ ਦੂਸਰੀ ਗੱਲ ਹੈ ਕਿ ਜਿਹੜੀ ਸੈਂਟਰਲ ਗਵਰਨਮੈਂਟ ਹੈ ਜੀ ਜੇ ਸਿਆਣੀ ਹੋਵੇ ਤਾਂ ਇਹ ਮਨੋਰਟੀ ਨੂੰ ਖਾਸ ਕਰਕੇ ਸਿੱਖਾਂ ਨੂੰ ਉਹਨਾਂ ਦੀ ਕੋਈ ਵੀ ਡਿਮਾਂਡ ਇਹਨਾਂ ਨੇ ਅੱਜ ਤੱਕ ਕਦੀ ਨਹੀਂ ਮੰਨੀ ਜੀ ਜੀ ਸਿੰਘ ਪਾਰਟੀਸ਼ਨ ਤੋਂ ਜੀ ਜੋ ਪ੍ਰੋਮਿਸ ਕੀਤੇ ਸੀਗੇ ਉਹ ਸੈਂਟਰ ਸੀਰੀਅਸਲੀ ਲੈ ਕੇ ਮੰਨਣ ਜੀ ਤੇ ਉਹਨਾਂ ਹੋਰ ਮਿਨੋਰਟੀਜ਼ ਦਾ ਵੀ ਉਹ ਦੇਖਣ ਉਹਨਾਂ ਨੇ ਕੀ ਪ੍ਰੋਬਲਮਸ ਆ ਰਹੀਆਂ ਜੀ ਕਿਵੇਂ ਰੈਫਰੈਂਡਮ ਦੇ ਵਿੱਚ ਉਹ ਕਿਸੇ ਨੂੰ ਰੈਫਰੈਂਡਮ ਦੇ ਹੋ ਸਕਦਾ ਲੋਕ ਉਹਦੇ ਲਈ ਯੈਸ ਵੋਟ ਨਾ ਕਰਨ ਇੱਥੇ ਡੈਮੋਕ੍ਰੈਟਿਕ ਸਿਸਟਮ ਜੀ ਜੀ ਡੈਮੋਕ੍ਰੇਸੀ ਆ ਇੰਡੀਆ ਦੇ ਡੈਮੋਕ੍ਰੈਟਿਕ ਕੰਟਰੀ ਪੀਸਫੁਲ ਮੀਨ ਦੇ ਨਾਲ ਲੋਕਾਂ ਦੀ ਵਿਊ ਲੈ ਰਹੇ ਆ ਜੀ 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 ਹਰ ਪਾਸੇ ਫਰਸਟ੍ਰੇਸ਼ਨ ਹੈ ਹਰ ਪਾਸੇ ਡਿਨਾਇਲ ਆ ਪੰਜਾਬ ਦੇ ਇਸ਼ੂਜ਼ ਤੇ ਜੀ ਸੋ ਵਾਟ ਹੈਜ਼ ਦੇ ਹੈਵ ਅ ਚੋਇਸ ਜੀ ਜੀ ਹਾਂਜੀ ਜੀ ਦਿਸ ਇਜ਼ ਮਾਈ ਕਿਵੇਂ ਸੈਲ ਥੈਂਕ ਯੂ ਵੈਰੀ ਮਚ ਜੀ ਬਹੁਤ ਸਾਰੇ ਕਾਲਰਸ ਇਸ ਮੁਤਲਕ ਆਪਣੇ ਸਾਡੇ ਨਾਲ ਵਿਚਾਰ ਸਾਂਝੇ ਕਰਨੇ ਚਾਹੁੰਦੇ ਨੇ ਲੇਕਿਨ ਮੈਂ ਥੋੜ੍ਹਾ ਜਿਹਾ ਮਜਬੂਰ ਹਾਂ ਜੀ ਕਮਰਸ਼ੀਅਲ ਬ੍ਰੇਕ ਲਈ ਇੱਥੇ ਰੁਕ ਰਿਹਾ ਬ੍ਰੇਕ ਤੋਂ ਬਾਅਦ ਆ ਕੇ ਜ਼ਰੂਰ ਲਵਾਂਗਾ ਤੁਹਾਡੇ ਵਿਚਾਰ